ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਮਿੱਤਰੋ, ਸ਼ੂਗਰ ਦੀ ਦਵਾਈ ਇੱਕ ਬਹੁਤ ਵਧੀਆ ਦੇਸੀ ਘਰ 'ਚ ਪਾਈ ਜਾਣ ਵਾਲੀ ਹੈ। ਇਹ ਬਹੁਤ ਵਧੀਆ ਦਵਾਈ ਹੈ। ਇਹਦੇ ਵਿੱਚ ਇੱਕ ਪਾਈਆ ਇੰਦਰਜੋਂ ਕੜਵੇ ਲੈਣੇ ਨੇ। ਜਦੋਂ ਤੁਸੀਂ ਪੰਸਾਰੀ 'ਤੇ ਗਏ ਤਾਂ ਇੱਕ ਦਾਣਾ ਚੱਕ ਕੇ ਮੂੰਹ 'ਚ ਪਾ ਕੇ ਦੇਖਣਾ ਵੀ ਕੜਵੇ ਨੇ, ਉਹ ਲੈਣੇ ਨੇ। ਪਾਈਆ ਬਦਾਮ, ਹੋ ਸਕੇ ਤਾਂ ਸਿਲਕੇ ਵਾਲੇ ਲੈ ਲਿਓ, ਅਤੇ ਪਾਈਆ ਹੀ ਛੋਲੇ ਭੁੱਜੇ ਛਿਲਕੇ ਵਾਲੇ। ਤਿੰਨੇ ਚੀਜ਼ਾਂ ਨੂੰ ਅੱਡੋ ਅੱਡ ਪੀ ਕੇ ਇਕੱਠੀ ਕਰਨ ਤੋਂ ਬਾਅਦ, ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ, ਇੱਕ ਚਮਚ ਖਾਣਾ ਖਾਣ ਤੋਂ ਬਾਅਦ ਸਾਦੇ ਪਾਣੀ ਨਾਲ ਲਵੋ। ਦੁਬਾਰੇ ਤੁਹਾਨੂੰ ਕੋਈ ਗੋਲੀ ਖਾਣ ਦੀ ਲੋੜ ਨਹੀਂ ਪੈਣੀ, ਨਾ ਹੀ ਹੋਰ ਚੀਜ਼ ਦੀ ਲੋੜ ਪਵੇ। ਅਗਰ ਦੁਬਾਰੇ ਰਾਤ ਨੂੰ ਤੁਹਾਨੂੰ ਖਾਣ ਦੀ ਲੋੜ ਪਵੇ ਤਾਂ ਬਿਲਕੁਲ ਘੱਟ ਖਾਣੀ ਹੈ, ਨਹੀਂ ਤਾਂ ਇਹ ਬਿਲਕੁਲ ਸ਼ੂਗਰ ਤੁਹਾਡੀ ਡਾਊਨ ਕਰ ਦੂਗੀ। ਠੀਕ ਹੈ ਜੀ। ਬਾਕੀ ਇਹ ਵੀਡੀਓ ਹਰੇਕ ਬੰਦੇ ਨੂੰ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।